ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਪਾਕਿਸਤਾਨ ਆਰਥਿਕ ਤੰਗੀ ਨਾਲ ਜੂਝ ਰਿਹਾ ਸਭ ਨੂੰ ਪਤਾ ਹੈ ਲੇਕਿਨ ਸੀਸੀਟੀਵੀ ਵਿੱਚ ਇੱਕ ਪਾਕਿਸਤਾਨ ਦਾ ਆਲਾ ਆਫੀਸਰ ਆਲਾ ਆਫੀਸਰ ਚੋਰੀ ਕਰਦਾ ਕੈਮਰੇ ਦੇ ਵਿੱਚ ਕੈਦ ਹੋ ਗਿਆ ਹੈ ਦਰਸਲ ਕੁਬੈਦ ਦੇ ਕੁਝ ਪ੍ਰਤੀਨਿਧ ਆਏ ਸੀ ਪਾਕਿਸਤਾਨ ਦੇ ਵਿੱਚ ਕੋਈ ਗੱਲਬਾਤ ਕਰਨ ਲਈ ਉਹਨਾਂ ਵਿੱਚੋਂ ਇੱਕ ਪ੍ਰਤੀਨਿਧੀ ਮਤਲਬ ਆਪਣਾ ਜਿਹੜਾ ਪਰਸ ਹੈ ਉਹ ਟੇਬਲ ਤੇ ਭੁੱਲ ਗਿਆ ਲੇਕਿਨ ਇੱਕ ਪਾਕਿਸਤਾਨ ਦਾ ਆਲਾ ਆਫੀਸਰ ਟੌਪ ਦਾ ਆਫੀਸਰ ਜਦੋਂ ਉਸਨੇ ਦੇਖਿਆ ਕਿ ਟੇਬਲ ਦੇ ਉੱਪਰ ਪਰਸ ਪਿਆ ਹੈ ਔਰ ਪਰਸ ਉਸਨੇ ਚੁੱਕ ਕੇ ਜੇਬ ਵਿੱਚ ਪਾ ਲਿਆ ਜਦੋਂ ਪਰਸ ਚੁੱਕ ਕੇ ਜੇਬ ਵਿੱਚ ਪਾਇਆ ਤਾਂ ਸਾਰੇ ਦਾ ਸਾਰਾ ਜਿਹੜਾ ਇਹ ਸੀਨ ਹੈ ਉਹ ਸੀਸੀਟੀਵੀ ਵਿੱਚ ਕੈਦ ਹੋ ਗਿਆ ਅੱਜ ਕੱਲ ਬੜਾ ਵਾਇਰਲ ਹੋ ਰਿਹਾ ਹੈ ਔਰ ਜੇ ਪਾਕਿਸਤਾਨ ਦੇ ਨਾਲ ਜਦੋਂ ਇਸ ਦੀ ਮਤਲਬ ਸੀਸੀਟੀਵੀਜ਼ ਦੀ ਫੁਟੇਜ ਵਾਇਰਲ ਹੋਈ ਤਾਂ ਉਹ ਉਹਨਾਂ ਨੇ ਇਹੀ ਕਹਿਣਾ ਸੀ ਕਿ ਤਾਂ ਫੇਕ ਨਿਊਜ਼ ਹੈ ਵਗੈਰਾ ਵਗੈਰਾ ਔਰ ਜਦੋਂ ਇਹ ਸਾਰਾ ਕੁਝ ਉਹਨਾਂ ਨੇ ਸਬੂਤ ਦਿੱਤੇ ਤਾਂ ਹੁਣ ਤਫ਼ਤੀਸ਼ ਕਰ ਰਹੇ ਨੇ ਕਿ ਆਖਰ ਉਸ ਅਫਸਰ ਦੇ ਖਿਲਾਫ ਕੀ ਕਾਰਵਾਈ ਹੋ ਸਕਦੀ ਹੈ ਫਰਾਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਐਵਰ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ